ਜਿਸ ਤਰ੍ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਜੋ ਵੀ ਕਿਸੇ ਸ਼ਾਇਰ ਨੇ ਲਿਖਿਆ ਹੈ, ਮਾਂ ਜਿਹਾ ਕਣ ਛਾਵਾਂ ਬੂਟਾ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਅੱਜ ਅਸੀਂ ਉਸ ਮਾਤਾ ਨੂੰ, ਅੱਜ ਅਸੀਂ ਉਸ ਮਹਾਨ ਮਾਤਾ ਕਰਮ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਹਾਂ। ਸਾਥੀਓ, ਮੈਨੂੰ ਇੱਕ ਸਾਡੇ ਅੰਤਨ ਬਾਬਾ ਵਿਸ਼ਵਕਰਮਾ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਵਿਰਾਜਮਾਨ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮਾਤਾ ਕਰਮ ਕੌਰ ਜੀ ਦੇ ਨੂੰ ਸ਼ਰਧਾ ਦੇ ਸੁਮਨ ਭੇਟ ਕਰਦਿਆਂ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਭ ਕੋਈ ਕਰਦੇ ਮਾਰ ਚਲੇ ਜ਼ਿੰਦਗੀ ਲੱਗਦੀ ਆ, ਟੈਂਸ਼ਨ ਉਹ ਬਹੁਤ ਹੋ ਜਾਂਦੀ। ਐਮ ਐਲ ਸਾਹਿਬ ਮੇਰੇ ਤੋਂ ਪਹਿਲਾਂ ਬੁਲਾਰੇ ਬਹੁਤ ਬੋਲਦੇ ਗਏ ਹੈ, ਕਿਉਂਕਿ ਸਾਰੇ ਬੁੱਧੀਜੀਵੀ ਹੈ। ਤੁਸੀਂ ਸਾਡੇ ਸਮਾਜ ਦੇ ਇੱਕ ਐਜੂਕੇਟਰ ਨੁਮਾਇੰਦੇ ਹੈ, ਤੁਸੀਂ ਦੋ ਵਾਲੇ ਪਹਿਲੇ ਬਣੇ ਹੈ। ਸਾਡੇ ਸਮਾਜ ਦਾ ਤਾਂ ਸਰਪੰਚ ਪੰਚ ਬਣਦਾ ਕਰਮ ਕੌਰ ਜੀ ਦੇ ਆਤਮਾ ਦੀ ਸ਼ਾਂਤੀ ਵਾਸਤੇ ਰੱਖੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਮੌਕੇ 'ਤੇ ਇਕੱਠੇ ਹੋਏ ਹਾਂ। ਮਾਤਾ ਜੀ ਇੱਕ ਬੜੇ ਚੰਗੇ ਅਤੇ ਨੇਕ ਖਿਆਲਾਂ ਵਾਲੇ ਸਨ, ਪਰ ਇੰਨਾ ਹੀ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ, ਤੁਹਾਨੂੰ ਸਾਰਿਆਂ ਨੂੰ ਫਿਰ ਤੁਹਾਡਾ ਜੀਆਂ ਵੀ ਆਖਦਾ, ਤੁਹਾਡਾ ਧੰਨਵਾਦ ਵੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਆਪ ਸੰਗ ਨਾ ਜਾਤ ਸੰਗਾਤੀ, ਇੱਥੇ ਫਿਰ ਬਚਨ ਗੁਰੂ ਮਹਾਰਾਜ ਦੇ ਰਹੇ ਹੋ। ਜੇ ਅਸੀਂ ਸੁਣ ਲਈਏ ਤਾਂ ਵੀ ਸਾਡੇ ਤੇ ਕੋਈ ਅਸਰ ਸਾਨੂੰ ਸਮਝ ਆ ਜਾਏ, ਜੇ ਸੁਣ ਲੈਂਦੇ ਹਾਂ ਤੇ ਸਾਨੂੰ ਅਰਥ ਦਾ ਵੀ ਪਤਾ ਕਿ ਬਾਣੀ ਕਹਿ ਕੀ ਰਹੀ ਹੈ। ਮਾਲ ਆਉਂਦੀ ਏ ਫਿਰ ਜਾਣ ਲੱਗਿਆ ਕਿ ਉਹ ਵੀ ਇੱਥੇ ਛੱਡ ਜਾਂਦਾ। ਆਖੋ ਸਤਨਾਮ। ਆਪ ਸੰਗ ਨਾ ਜਾਤ ਸੰਗਾਤ, ਮਾਤਾ ਦੇ ਗਰਭ ਤੋਂ ਜਨਮ ਲੈਂਦਿਆਂ ਸਾਰ ਬੱਚੇ ਦੇ ਸਵਾਸ ਘਟਣੇ ਸ਼ੁਰੂ ਹੋ ਜਾਂਦੇ। ਆਖੋ ਸਤਨਾਮ। ਜਦੋਂ ਇਹ ਸਵਾਸ ਪੂਰੇ ਹੋ ਜਾਂਦੇ ਨੇ ਫਿਰ ਜਿਹੜੀ ਸਾਡੀ ਆਤਮਾ ਹੈ ਸਰੀਰ ਦੇ ਅੰਦਰ ਹੈ ਤੇ ਗੁਰੂ ਕੀ ਸੰਗਤ, ਇਹਨੂੰ ਰਹਿਣ ਵਾਸਤੇ ਕੁਝ ਨਾ ਕੁਝ ਚਾਹੀਦਾ ਹੈ। ਜਿਵੇਂ ਮੋਟਰਸਾਈਕਲ ਹੈ, ਗੱਡੀ ਹੈ, ਇਹਦੇ ਵਿੱਚ ਤੇਲ ਪਵਾ ਲੈਂਦੇ ਹਾਂ ਤੇ ਚੱਲਦਾ, ਜਦੋਂ ਤੇਲ ਖਤਮ ਹੋ ਜਾਂਦਾ ਤੇ ਗੱਡੀ ਖੜ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕੀ ਸੰਗਤ, ਜਿਹੜੇ ਡਾਕਟਰ ਨੇ ਵੱਡੇ ਵੱਡੇ ਉਹ ਜਾਂਦੇ ਨੇ, ਫਿਰ ਇਹ ਆਤਮਾ ਨੂੰ ਸਰੀਰ ਵਿੱਚ ਰਹਿਣ ਵਾਸਤੇ ਸਵਾਸਾਂ ਦੀ ਜ਼ਰੂਰਤ ਹੁੰਦੀ ਹੈ। ਕਹਿ ਦਿੰਦੇ ਹਾਂ ਮੌਤ ਹੋ ਗਈ। ਆਖੋ ਸਤਨਾਮ। ਵਾਹਿਗੁਰੂ। ਤੇ ਗੁਰੂ ਕੀ ਸੰਗਤ ਸਾਨੂੰ ਦੁੱਖ ਕਿਉਂ ਲੱਗਦਾ? ਜਦੋਂ ਘਰ ਦੇ ਵਿੱਚੋਂ ਕੋਈ ਜੀ ਸਰੀਰ ਛੱਡ ਕੇ ਜਾਂਦਾ, ਜਿੰਨਾ ਅਸੀਂ ਮੋਹ ਆਪਣੇ ਧੀਆਂ ਪੁੱਤਰਾਂ ਦੇ ਨਾਲ ਕਰਦੇ ਹਾਂ, ਆਪਣੇ ਪਰਿਵਾਰ ਦੇ ਨਾਲ ਕਰਦੇ ਹਾਂ, ਇੰਨਾ ਮੋਹ ਸੀਨਾ ਹੁੰਦਾ ਉਹਨਾਂ ਤੇ, ਉਹ ਦੂਸਰੇ ਨਾਲ ਨਹੀਂ ਕਰਦੀ, ਇਸ ਤੇ ਦੂਸਰੀ ਮਾਂ ਨਾਲ ਨਹੀਂ ਹੁੰਦਾ। ਇਹ ਜਿਹੜਾ ਦੇਹ ਹੈ ਇਹੀ ਮੋਹ ਆ
अपनी माता जी की आत्म शांति वास्ते ते परिवार की चढ़ती कला वास्ते गुरमुखा ने अपने ग्रह विखे गुरबान का पाठ प्रारंभ किया। आद तो मध्य मध तो संपूर्ण निर्विघ्नता साथ संपूर्ण भोग पे ते हुण कलयुग महकमे कहते भी जिनी नाम त्या नाम की महिमा सर कहते जिनी नाम त्याया गए सतकार नानक ते मुख उजले इतनी छुट्टी ना कहते ओदे इत्थे भी मुख उजला ते अगले परमात्मा के राह विच ओदा मुख उजला हुंदा है। थान सुभाव पवित्र कहते कोई जगह पवित्र भगवान जिहड़ी है जिथे संत सभा जिथे संत जन मैल बैठ के परमेश्वर की गल सुनते हैं करते हैं जी कथा कथा कीर्तन की जाती है। थान सभाव पवित्र है जिथे संत सभा कहते ढोई किसी नूं मिले जिन्हें पूरा भूल गपा कहते ना कि बंदा घर घर जिथे मिलत ना जिन्हों जन्म कहते परमेश्वर की सत्संग जो करता है वह जन्म मरण तो वह कहते फिर रहत हो जाता है आवा गाँव के चक्कर परमेश्वर आवृत करवा है। कहते सफल मूर्त सफल आकड़ी कहते सफल जेड़े हैं कि सफल वह घड़िया के सफल मूर्त सफल आकड़ी जित सच्चे नाल प्यार जिवें आप सारिया संगत रल मिल के सारिया संगत रल मिल के कहते सफल मूर्त सफल आकड़ी कड़िया सवाल ने जित सच्चे नाल प्यार जिवें आप सारिया संगत एक मन एक चित होकर सच्चे नाल प्रेम की डोरी पा बैठे हो सफल मूर्त सफला घड़ी जित सच्चे नाल प्यार यदा फल की मिलता है परमेश्वर नाम दुख संताप ना लगे कहते दुख संताप कोई लगे लागे नहीं आता दुख संताप लगे जिस हर का नाम आधार जिन हरि के परमेश्वर नाम आओ आसा लिया है। फिर कहते बहां पकड़ गुर काढ़िया परमेश्वर अपने सेवक की अपने कहते बहां फड़ के बहां पकड़ काढ़िया सोई उतरिया पार कहते परमेश्वर की बहां फड़ के भगत तर कर दिता है। आओ बड़े प्यारे शब्द का व्यंग करिए ज्यों ज्यों तेरा हुक्म हो ते मैं त्यों होवना जह जह रखे आप तह जाए खड़ोना मेरे बीच मेरी थोड़ी बार घट कर मेरी थोड़ी घट कर ज्यों ज्यों तेरा हुक्म ते Thank you.
परमेश्वर ने अकाल पुरख का एक भाणा हुक्म समझ लिया, दुख सुख समझ लिया भी उहदी दात है, उहदी खेल है, उहदी रजा है। पाप करना है, सास सास सिमरो गोविंद, इन्हें सास सास गो गोवर ते बेंद जो परमेश्वर सारे विच बेंद रमिया होया कहें हमेशा लौना है ते आपके परमेश्वर की कृपा करता है। ਸਾਰੇ ਤੀਨ ਹੱਥ ਤੇ ਸਾਰੇ ਨੇ ਜੀ ਸੋ ਪ੍ਰਾਣੀ ਤੇ ਕਿਆ ਮੇਰਾ ਕਿਆ ਤੇਰਾ ਜੈਸੇ ਧਰਮ ਪੰਥ ਵਿੱਚ ਸੇਰਾ ਇਹ ਸਾਡੀ ਪੰਥ ਦਾ ਰੂਪੀ ਦੇਹੀ ਦੇ ਬਾਹਰ ਚ ਆ ਕੇ ਰਾਤ ਕੱਢਦਾ ਹੈ ਜਿਉ ਜਨਮ ਜਨਮ ਦਾ ਵਿਛੜਾ ਮੇਲਾ ਮਿਲਿਆ ਸਾਥ ਜਨਮ ਜਨਮ ਦਾ ਵਿਛੜਾ ਮਿਲਿਆ ਸਾਥ ਕਿਰਪਾ ਕੇ ਸੁੱਕਾ ਹਰਿਆ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀ ਜਾਨ ਕਰਾਂ ਜੀ ਕਹੋ ਨਾਨਕ ਪ੍ਰਭ ਕੱਟੇ ਕੀ ਵਾਰਾ ਬਹੁਤ ਨਾ ਹੋਈ ਹੈ ਜੇ ਅੱਲਾ ਕੀ ਹੋ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾ ਕਹਿੰਦੇ ਸਾਰਾ ਕੁਛ ਤੇਰੇ ਸਰੀਰ ਦੇ ਅੰਦਰ ਹੀ ਹੈ ਪਰ ਉਹ ਪ੍ਰਗਟ ਕਰਨਾ ਪੈਂਦਾ ਸਭ ਕੁਛ ਘਰ ਮੈਂ ਬਾਹਰ ਨਾ ਕਹਿੰਦੇ ਬਾਹਰ ਕੁਛ ਨਹੀਂ ਹੈ ਸਭ ਕੁਛ ਪਰਮੇਸ਼ਵਰ ਦੇ ਅੰਦਰ ਪਰ ਰਾਤੋ
Thank you.
ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਹੇਤ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸਿੰਘਾਂ ਸਿੰਘਣੀਆਂ ਜਾਂ ਤਖਤਾਂ ਸ੍ਰੀਮਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸ੍ਰੀਮਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸ੍ਰੀਮਤ ਖਾਲਸਾ ਜੀ ਕੋ ਵਾਹਿਗੁਰੂ 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 ਦਾ ਰਿਆਇਤ ਦੇਖ ਦੇਖ ਪਤਾ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ। ਦਾਨ ਦਾਣਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਫੇ ਸੰਬੰਧੀਆਂ ਨੂੰ ਮਹਾਰਾਜ ਜੀ ਸਦਾ ਵਾਸਤੇ ਵਿਛੋੜਾ ਦੇ ਕੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਰਾਜਨ ਸੱਚੇ ਪਾਤਸ਼ਾਹ ਕਾਲ ਚੜ੍ਹਨਾ ਕਰ ਗਏ ਹਨ ਮਹਾਰਾਜ ਜੀ। ਸੋ ਪਿੱਛੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਉਹਨਾਂ ਦੀ ਜੋ ਆਤਮਾ ਹੈ ਉਹਦੀ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਆਪਣੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਚਰਨ ਪਵਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾ ਕੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨ ਦਾ ਗੁਰਮੁਖ ਜਪੀਆ ਲਾਇ ਧਿਆਨਾਂ ਦੇ ਮਹਾਵਾਕਾਂ ਅਨੁਸਾਰ ਮਹਾਰਾਜ ਜੀ ਅੰਤਮ ਅਰਦਾਸ ਹੋਈ ਸੱਚੇ ਪਾਤਸ਼ਾਹ। ਰਾਗੀ ਸਿੰਘਾਂ ਨੇ ਕਥਾ ਕੀਰਤਨ ਕੀਤਾ ਸੱਚੇ ਪਾਤਸ਼ਾਹ ਕੀਰਤਨ ਕਰਦਿਆਂ ਕੋਲੋਂ ਵਿਚਾਰਾਂ ਕਰਦਿਆਂ ਕੋਲੋਂ ਸੱਚੇ ਪਾਤਸ਼ਾਹ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਮਹਾਰਾਜ ਜੀ। ਸੱਚੇ ਪਾਤਸ਼ਾਹ ਆਪ ਜੀ ਦੇ ਬੱਚੇ ਹਾਂ ਜਾਣ ਬੱਚੇ ਸਮਝ ਕੇ ਮਾਫ ਕਰਨਾ ਗੁਰੂ ਵਾਸਤੇ ਪਾਠ ਕਰਨ ਦਾ ਸੇਵਾ ਸਿਮਰਨ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਗਰੀਬ ਨਿਵਾਜ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਗੁਰਮੁਖ ਅਨੁਸਾਰ ਨਿਵਾਸ ਬਖਸ਼ਣਾ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਦਿੱਤੀਆਂ ਦਾਤਾਂ ਵਿੱਚੋਂ ਸੱਚੇ ਪਾਤਸ਼ਾਹ ਆਪ ਜੀ ਨੂੰ ਸੁੰਦਰ ਮਾਲੇ ਸਹਿ ਪਹਿਨਾਏ ਗਏ ਸੱਚੇ ਪਾਤਸ਼ਾਹ ਪਾਠੀ ਸਿੰਘਾਂ ਦਾ ਸਤਿਕਾਰ ਕਰਦੇ ਹੋਏ ਬੇਅੰਤ ਵਸਤਰ ਮਾਇਆ ਭੇਟਾ ਗਈ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਵਸਤਰ ਮਾਇਆ ਆਈ ਹੈ ਸੋ ਪਰਿਵਾਰ ਦੇ ਖਜ਼ਾਨੇ ਭਰਪੂਰ ਕਰਨੇ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਹਾਜ਼ਰੀਆਂ ਪ੍ਰਵਾਨ ਕਰਨੇ ਸੱਚੇ ਪਾਤਸ਼ਾਹ ਜੋ ਵੀ ਸੰਗਤਾਂ ਮਾਤਾ ਕਰਮ ਕੌਰ ਦੇ ਨਿਵੇਂ ਸੱਚੇ ਪਾਤਸ਼ਾਹ ਅੰਤਮ ਅਰਦਾਸ ਵੀ ਸ਼ਾਮਿਲ ਹੋਣਾਈਆਂ ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਆਪਣੇ ਦਾਦੇ ਪ੍ਰਵਾਨ ਕਰਨੇ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰੀ ਕਿਰਤਾਰਥ ਕਰੋ ਸਹੀ ਗੁਰਮੁਖ ਪਿਆਰੇ ਮਿਲੋ ਸੱਚੇ ਪਾਤਸ਼ਾਹ ਆਪ ਜੀ ਦੇ ਦਿੱਤਿਆਂ ਦਾਤਾਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦ ਦੇਵ ਤਿਆਰਾ ਗੁਰੂ ਕਾ ਲੰਗਰ ਤੈ ਦਿੱਤਾ ਮਹਾਰਾਜ ਜੀ ਆਪ ਜੀ ਭੋਗ ਲੱਗੇ ਸ਼ੰਕੂ ਲੱਗਿਆ ਭੋਗ ਸੰਗਤਾਂ ਵਿੱਚ ਵਰਤਾਨ ਲਿਆ ਗਿਆ ਪੁੱਛੋ ਜੀ ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਇਨਾਮ ਸਤਨਾਮ ਵਾਹਿਗੁਰੂ ਹੀ ਕੀਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਗਿਆ ਪਈਆ ਕਾਲ ਗੇ ਕਬੈ ਚਲਾਇਓ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੇ ਉਚ ਹੈ ਰਾਜ ਖਵਾਰ ਹੋਏ ਸਭ
ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
इस माता को बहुत सवाल प्राप्त होया। एमएलए हरिपाल जी का हरेक माता पिता का सुपना होता है, मेरी अलावा मैं तो भी सारे सुख दुनिया के मेरी अलाद हो गए। सो वह सुख माता करण कौर नसीब होए, उन्होंने एमएलए की माता होने का सवाल प्राप्त होया है। अच्छे कर्मों का पूर्व जमने वाले अच्छे कर सके, इतने ही रह के उन्होंने नगर की समाज की सेवा की है। सब तो बड़ी फिर जोड़ी जिम्मेवारी हरपाल सिंह जी इलाके की पला तो इलाके के एम एल ए बने। सो इन्होंने जो भी राजनीतिक सफर रहा है बहुत ही वधिया, जो इन्होंने सुभाव है वो सब माता जी ने उन्होंने जो इन्होंने संस्कार दिते वो मुताबक मैं बोल रहे हरेक के दुख सुख के शरीक होना। सो ये जो गुण हैं ये माता जी के साथ संगो। वाहेगुरु जी का खालसा वाहेगुरु जी की फतेह। अज आप माता करण कौर श्रद्धा के फुल भेट करने के लिए आए हैं, जेडे सानू पिछली 19 तरीक न सुदीवी विछोड़ा दे गए थे, जिन्हें जान के नाल जिथे एम एल ए साहब के परिवार को घाटा पिया उत्थे उस समाज में भी घाटा पिया जिहड़ा नहीं पूरिया जा सकता। मां का रिश्ता एक वो पवित्र रिश्ता जिहड़ा बंदे ने जमण तो पहला हुंदा, ते बाकी सारे रिश्ते बंदा जो जमदा उदों ही बणदे आ, चाहे वह मामा हो चाहे चाचा हो चाहे ताया, जो भी रिश्ता हुंदा वो बाद हुंदा, ते मां का एक रिश्ता हुंदा जिहड़ा वो जमण तो भी पहला हुंदा। मौत जिंदगी का एक इलेक्ट्रिकल रिश्ता है, मौत जिंदगी खत्म करना चाहती है तो जिंदगी मौत में संघर्षशील है। बाणी भी दसदा बे जो जो उपजा सो फिर है, जिहड़ी चीज पैदा हुई है उन एक दिन जाना ही जाना। श्री गुरु ग्रंथ साहब जी की 73 हिजरी के बड़े उदास मन के नाल जुड़ बैठे सुख साध संगत जी, अज आप माता करण कौर जी को श्रद्धा के फुल भेंट करने वास्ते इतने इकट्ठे हुए हैं। जो असी माता करण कौर जी का जीवन संघर्ष पढ़ते ज सुनते हैं जा सारे बिचों विचरे हैं तो सानू बहुत सारिया गलों का उन्हों को सीखने मौका मिलया, क्योंकि माता करण कौर साढ़े 12 चौक सिंह रुड़की मुगला तो ही हैं। मैं भी ग्राउंड को 12 चौक ही करना, थोड़े चिर को नवा शहर रह सकी है और यह परिवार है गड्डू परिवार है, श्री गुरु ग्रंथ साहब मनण वाला परिवार है, सतगुरु रविदास जी मनण वाला परिवार है, बाबा साहब डॉक्टर अंबेडकर जी के मिशन को अगे लियाण वाला परिवार है, साहब श्री कंत श्री राम का आयोजन अंदोलन समाजिक परिवर्तन आप संबंधी अंदोलन को अगे ले जाने वाला परिवार है। तो यहोजा शख्सियत जो साडे समाज के विचों चले जाते हैं तो सानू वह ना पूरा होने वाला घाटा, और माता करण कौर भी अच्छ साडे विच नहीं है, और जिते इस परिवार को घाटा उत्थे पूरे समाज को इस इलाके को घाटा, और अज इन्हों शाखा के फुल भेंट करने वास्ते साडे विच बहुत सारिया राजनीतिक पार्टियां समाज सेवी जत्थे के अहदेदार आए हुए सन। इतों पता लगता भी जी माता करण कौर उन्होंने चंगे कर्म किए हैं अपनी जिंदगी के, क्योंकि श्री गुरु ग्रंथ साहब के लिखा और कीर्तन जत्थे वालों भी बहुत सारा विराज ने सू कीर्तन राही समझाया कि जो इंसान इस दुनिया पर आना तो उन्हें एक दिन जाना। तो ग्रंथ साहब लिखा जो दिन आया सो दिन जाई करना कूच रहन करनाई, जिहड़ा भी इंसान इत्थे आया उन्हें एक दिन जाना, पर जन्म और मौत के समय के दौरान सतगुरु विश्वकर्मा जी के पवित्र स्थान पर बराबरी आजादी भाईचारा
ਤੇ ਇਨਸਾਫ ਦੀ ਬਾਣੀ ਨੂੰ ਸਿਮਰਨ ਕਰ ਰਹੀ ਮਾਤਾ ਕਰਮ ਕੌਰ ਸਾਬਕਾ ਸਰਪੰਚ ਦੇ ਅੰਤਮ ਅਰਦਾਸ ਮੌਕੇ ਬਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਮਾਤਾ ਕਰਮ ਕੌਰ ਜਿਹੜੇ ਸਾਡੇ ਵਿੱਚੋਂ ਸਦਾ ਲਈ ਚਲੇ ਗਏ ਨੇ ਇੱਕ ਥਿਊਰੀ ਜਿਹਦਾ ਬਾਰ ਬਾਰ ਪ੍ਰਚਾਰ ਹੋਇਆ ਕਿ ਸਾਨੂੰ ਇਹ ਭਾਣਾ ਮੰਨ ਲੈਣਾ ਚਾਹੀਦਾ ਪਰ ਇੱਕ ਦੂਸਰੀ ਥਿਊਰੀ ਹੈ ਜਿਹੜੀ ਇਹ ਕਹਿੰਦੀ ਆ ਕਿ ਭਾਣਾ ਹੀ ਨਹੀਂ ਮੰਨਣਾ ਚਾਹੀਦਾ ਜਿਹੜਾ ਕਾਰਜ ਜਿਸ ਜਿਹੜਾ ਵੀ ਵਿਅਕਤੀ ਇਸ ਦੁਨੀਆਂ ਦੇ ਵਿੱਚੋਂ ਜਾਂਦਾ ਜਿਹੜਾ ਉਹ ਚੰਗਾ ਕਾਰਜ ਕਰਕੇ ਜਾਂਦਾ ਜੇ ਅਸੀਂ ਉਸ ਕਾਰਜ ਨੂੰ ਅੱਗੇ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ ਤਾਂ ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਕਿਉਂਕਿ ਮਾਤਾ ਕਰਮ ਕੌਰ ਜੀ ਜਿਹੜੇ ਪਿੰਡ ਦੇ ਸਰਪੰਚ ਰਹੇ ਜਿਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਉਸ ਵਿਚਾਰਧਾਰਾ ਨੂੰ ਸਮਰਪਿਤ ਲੋਕ ਉਸ ਵਿਚਾਰਧਾਰਾ ਨੂੰ ਸਮਰਪਿਤ ਆਪਣੇ ਬੱਚੇ ਤਿਆਰ ਕੀਤੇ ਜਿਹੜੀ ਵਿਚਾਰਧਾਰਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜਿਹੜੀ ਬਰਾਬਰੀ ਆਜ਼ਾਦੀ ਭਾਈਚਾਰਾ ਅਤੇ ਇਨਸਾਫ ਤੇ ਆਧਾਰਿਤ ਆ ਉਹੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਆ ਔਰ ਉਸ ਵਿਚਾਰਧਾਰਾ ਨੂੰ ਜਦੋਂ ਸਾਹਿਬ ਕਾਂਸ਼ੀ ਰਾਮ ਜੀ 1978 ਦੇ ਵਿੱਚ ਪੰਜਾਬ 'ਚ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠੇ ਸਾਹਿਬ ਸਾਹਿਬ ਜੀ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਮਾਤਾ ਕਰਮ ਕੌਰ ਜੀ ਨੂੰ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਕੇ ਇਕੱਠੇ ਹੋਏ ਹਨ ਜਿਸ ਤਰ੍ਹਾਂ ਸਾਨੂੰ ਸਭ ਨੂੰ ਪਤਾ ਕਿ ਜੋ ਵੀ ਚੀਜ਼ ਦੁਨੀਆਂ 'ਤੇ ਆਉਂਦਾ ਔਰ ਇੱਕ ਨਾ ਇੱਕ ਜ਼ਰੂਰ ਖਤਮ ਹੋਣਾ ਜਾਣਾ ਇਹ ਕੁਦਰਤ ਦੀ ਅਟਲ ਨਿਯਮ ਹੈ ਅਟਲ ਸੱਚਾਈ ਹੈ ਲੇਕਿਨ ਮਾਤਾ ਜੀ ਦਾ 102 ਸਾਲ ਦੀ ਉਮਰ ਇੱਕ ਸਨਮਾਨਯੋਗ ਉਮਰ ਭੁੱਲ ਕੇ ਜਾਣਾ ਬੜੇ ਮਾਣ ਦੇ ਸਤਿਕਾਰ ਦੀ ਗੱਲ ਹੈ ਇਸ ਮੌਕੇ ਮੈਨੂੰ ਲੱਗਦਾ ਹੈ ਕਿ ਪਰਿਵਾਰ ਮੈਂਬਰ ਅਤੇ ਸਕੇ ਸਰਬੱਤੀਆਂ ਨੂੰ ਦੁੱਖ ਨਹੀਂ ਸਗੋਂ ਤਸੱਲੀ ਹੈ ਕਿ ਉਹਨਾਂ ਨੇ ਮਾਤਾ ਜੀ ਦੀ ਖੂਬ ਸੇਵਾ ਕੀਤੀ ਉਹਨੇ ਸਾਂਭ ਸੰਭਾਲ ਬੇਸ਼ੱਕ ਆਖਰੀ ਸਮੇਂ ਤੱਕ ਉਹਦੀ ਸਿਹਤ ਬੜੀ ਅੱਛੀ ਰਹੀ ਅਤੇ ਫਿਰ ਵੀ ਕਿਉਂਕਿ ਅੱਛੀ ਸਾਂਭ ਸੰਭਾਲ ਰਹੀ ਹੈ ਇਸੇ ਕਰਕੇ ਉਹਨਾਂ ਨੇ ਇੰਨੀ ਉਮਰ ਜਿਹੜੀ ਹੈ ਭੋਗੀ ਹੈ ਅੱਜ ਕੱਲ੍ਹ ਇੰਨੀ ਉਮਰ ਭੋਗਣ ਦੀ ਮਿਸਾਲ ਨਹੀਂ ਮਿਲਦੀ ਕਾਰਨ ਕੀ ਹੈ ਕਿ ਸਾਡੀ ਜੀਵਨ ਸ਼ੈਲੀ ਜਿਹੜੀ ਹੈ ਉਹ ਬਹੁਤ ਬਦਲ ਗਈ ਅਰਦਾਸ ਦੇ ਮੌਕੇ ਤੇ ਇਕੱਠੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਕਿਸੇ ਸ਼ਹਿਰ ਨੇ ਲਿਖਿਆ ਹੈ ਮਾਂ ਜਿਹਾ ਕਣ ਛਾਵਾਂ ਬੂਟਾ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਅੱਜ ਅਸੀਂ ਉਸ ਮਾਤਾ ਨੂੰ ਜਿਹਨੇ ਖੁਦ ਸਮਾਜ ਦੇ ਵਿੱਚ ਇੱਕ ਵੱਡਾ ਰੁਤਬਾ ਹਾਸਲ ਕੀਤਾ ਪਿੰਡ ਤੋਂ ਰਾਜਨੀਤੀ ਸ਼ੁਰੂ ਕੀਤੀ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਪੜ੍ਹਾਇਆ ਮੰਜ਼ਲੇ ਮਕਸੂਦ 'ਤੇ ਪਹੁੰਚਾਇਆ ਔਰ ਸਭ ਤੋਂ ਵੱਡੀ
पंजाब की पंचायत एमएलए जेडी पंचायत चंडीगढ़ के बैठी है उसका मैंबर बनाया एक बहुत बड़ी फखर वाली गल। मैं उस माता दिल दिया गहराइया तो शरदा के फूल भेंट करता और अरदास करता परमात्मा अगे कि परमात्मा एहोजियां मावां समाज के पैदा कर कि एहोजियां मावां बैठी साध संगत फतेह साझी करो। वाहिगुरु जी का खालसा श्री वाहिगुरु जी की फतेह। अज असी उस महान माता करम कौर जी को श्रद्धा के फुल भेंट करने वास्ते इकट्ठे हुए हैं। साथियों मैनू एक साडे पंजाब के कलाकार कदीप माणक दीआं कुछ सतरां याद आ रही ने कि माँ हुंदी है माँ वो दुनिया वालिओ माँ बिना कोई लाड लड़ा रोंद चुप करा माँ है ठंडी शान वो दुनिया वाले। मैं समझदा कि जदों साढ़े माता जी इस दुनिया को चले जाते तो परिवार को और बहुजन समाज को बहुत बड़ा जिहड़ा घाटा पैंदा है। श्रद्धा धन धन बाबा विश्वकर्मा महाराज जी के मंदिर के विराजमान धन धन साहब गुरु ग्रंथ साहब महाराज जी की हजूरी के माता करम कौर जी दे शरदा के समान भेंट करते हैं। फतेह कबूल करो जी। वाहेगुरु जी का खालसा वाहेगुरु जी की फतेह। जिमें कि वक् वक् बुलारिया ने माता करम कौर जी के जीवन के उत्ते काफ़ी विचार गोष्ठियां कीतिया। मैं दसना चाहता कि वह मापे किन्ने महान होंगे ने जो अपने बच्चों देश कौम धर्म और समाज की सेवा लिए तैयार करते हैं और उन्होंने फुलवाड़ी के इतने साढ़े सबका एम एल ए सरदार हरगोपाल सिंह जी बैठे ने उन्होंने सपुत्र और उसके सारा श्रेय माता करम कौर जी को जाता है जिन्होंने अपने आप का राजनीति के कामयाबियां हासिल की अपने बच्चे अपने तो भी कामयाब बनाया और अज भी वह बहुजन समाज पार्टी के अदौरत अगे पहुँचा साहब श्री कांशी राम जी के नाल चलद्या हो अज भी भैन कुमारी मायावती जी का फोन के राही और उस महान माता माता करम कौर जी को असी श्रद्धा के सुगन भेंट करते हैं। मैं अपने वालों अपनी बहुजन समाज पार्टी पंजाब वालों और भैन कुमारी मायावती जी जो साडे देश के राष्ट्रीय प्रधान ने उन्होंने वालों माता जी के चरणों के विच मैं श्रद्धा के सुगन भेंट करता और मैं वाहेगुरु जी के चरणों में अरदास करता। माता जी की फुलवाड़ी हमेशा हस्ती वस्ती रहे परमात्मा इन्होंने चढ़दियां कला बख्शे और ये बहुजन समाज पार्टी और बहुजना के अंदोलन लैके इसे तरह तत्पर कर रहे हैं और वाहेगुरु जी हमेशा चढ़दियां कला में रखे। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। सच्ची साहब कोई गल नहीं मार चले जिंदगी लग दी कैंसर बहुत हो जाए एम एल साहब मेरे को पहला बुलाए बहुत बोलते गए हैं क्योंकि सारी बुद्धि जीवी है तुम साढ़े समाज के एक एजुकेटर नुमाइंदे हैं तुम दो वाले वाले बने साढ़े समाज का तो सरपंच पंच बन रहे एम सी बनना बहुत बड़ी गल है। अजक मां की चली है असं लेट होकर कर रहे थे एक भोग सा पहुंचे थोड़े टोटे होते हैं मां एक अजिहा शब्द आ एक ऐसी पवित्र आत्मा है जिन्हों असी हर वेले कोल होवे ना होवे असी महसूस कर रहे हैं। मां तो पवित्र रिश्ता पूरी दुनिया च में है चाहे इंसान की गल चाहे पशु पक्षियों की गल
ਚਾਹੇ ਕਿਸੇ ਪਿੰਡਿਆਂ ਦੀ ਗੱਲ ਹੈ। ਐਮ ਐਲ ਏ ਸਾਹਿਬ, ਮਾਂ ਹੀ ਇਨਸਾਨ ਨੂੰ ਪੈਦਾ ਕਰਦੀ ਆ, ਹਰ ਜੀਵ ਜੰਤੂ ਨੂੰ ਪੈਦਾ ਕਰਦੀ ਆ, ਉਹ ਪੈਦਾ ਹੋਣ ਤੋਂ ਬਾਅਦ ਕੀ ਕਰਦਾ ਹੈ? ਗੱਲ ਸਮਾਜ ਦੀ ਚੱਲਦੀ, ਸਮਾਜ ਦੇ ਕੰਮਾਂ ਦੀ ਚੱਲਦੀ, ਸਮਾਜ ਦੀਆਂ ਜ਼ਿੰਮੇਵਾਰੀਆਂ ਦੀ ਚੱਲਦੀ। ਸੱਚ ਗੱਲ ਇਹ ਆ, ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆਏ ਹਾਂ, ਪਾਰਟੀ ਕੋਈ ਵੀ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੋਲ ਦੇ ਵਿੱਚ ਮਿੱਠੀ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਸਾਰੇ ਮਾਤਾ ਕਰਮ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਮੌਕੇ 'ਤੇ ਇਕੱਠੇ ਹੋਏ ਹਾਂ। ਮਾਤਾ ਜੀ ਇੱਕ ਬੜੇ ਚੰਗੇ ਅਤੇ ਨੇਕ ਖਿਆਲਾਂ ਵਾਲੇ ਸਨ, ਔਰ ਕਰਮਾਂ ਵਾਲੇ ਕਿਸੇ ਪ੍ਰਾਣੀ ਨੂੰ ਇੰਨਾ ਮੌਕਾ ਮਿਲਦਾ ਹੈ। ਜਿਸ ਤਰ੍ਹਾਂ ਦੱਸਿਆ ਗਿਆ ਹੈ ਸਾਡੇ ਪਹਿਲੇ ਬੁਲਾਰਿਆਂ ਨੇ ਕਿ 102 ਸਾਲ ਉਹਨਾਂ ਦੀ ਉਮਰ ਉਹਨਾਂ ਨੇ ਭੋਗੀ ਹੈ, ਤਾਂ ਮੈਂ ਸਮਝਦਾ ਕਿ ਲੱਖਾਂ ਦੇ ਵਿੱਚੋਂ ਕਿਸੇ ਇੱਕ ਪ੍ਰਾਣੀ ਨੂੰ ਇੰਨੀ ਆਪਣੀ ਉਮਰ ਭੋਗਣ ਦਾ, ਸੰਸਾਰ ਦੇ ਵਿੱਚ ਰਹਿਣ ਦਾ ਸਮਾਂ ਮਿਲਦਾ ਹੈ। ਨਾ ਵੀ ਉਹਨਾਂ ਦਾ ਕਰਮੋ ਸੀ ਅਤੇ ਹੈ ਵੀ ਕਰਮਾਂ ਵਾਲੀ ਸੀ, ਕਰਮਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਉਹ ਜਿਹਾ ਮੌਕਾ। ਗੱਡੂ ਪਰਿਵਾਰ ਨੇ ਜੋ ਨਾਮ ਇਲਾਕੇ ਦੇ ਵਿੱਚ ਬਣਵਾਇਆ, ਮੈਂ ਸਮਝਦਾ ਕਿ ਆਪਣੇ ਬੱਚਿਆਂ ਦੀ ਦੇਖਭਾਲ, ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਤਾਂ ਹਰ ਇੱਕ ਇਨਸਾਨ ਕਰਦਾ ਹੈ, ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਮਾਂ ਬਾਪ ਦੀ। ਲੇਕਿਨ ਆਪਣੇ ਪਰਿਵਾਰ ਤੋਂ ਇਲਾਵਾ ਸਮਾਜ ਵਾਸਤੇ, ਇਲਾਕੇ ਵਾਸਤੇ, ਸਮਾਜ ਵਾਸਤੇ ਔਰ ਸਮੁੱਚੇ ਕੌਮ ਦੇ ਭਲੇ ਵਾਸਤੇ ਜੋ ਕੋਈ ਕਰਦਾ ਹੈ, ਉਹ ਲੱਖਾਂ ਦੇ ਵਿੱਚ ਕੋਈ ਇੱਕ ਹੀ ਹੁੰਦਾ ਹੈ। ਸਾਹਿਬਾਨ, ਅਫਸਰ ਸਾਹਿਬਾਨ, ਬਹੁਤ ਸਾਰੇ ਸਮਾਜ ਦੇ ਜ਼ਿੰਮੇਵਾਰ ਸਾਥੀ, ਕਿਉਂਕਿ ਜਿਹਨਾਂ ਨੂੰ ਸਨਮਾਨ ਦੇ ਸਕੇ ਜਾਂ ਸੈਕਟਰੀ ਸਾਹਿਬ ਨੂੰ ਨਹੀਂ ਲੈ ਸਕੇ, ਮੈਂ ਉਹਨਾਂ ਤੋਂ ਮਾਫ਼ੀ ਚਾਹਾਂਗਾ। ਸਾਡੇ ਵਿੱਚ ਹੁਣੇ ਹੁਣ ਪਹੁੰਚਿਆ ਨੇ ਐਕਸਿਨ ਵਿਜੇ ਕੁਮਾਰ ਜੀ ਟੈਲੀਫੋਨ ਮਹਿਕਮੇ, ਉਹਨਾਂ ਦਾ ਵੀ ਧੰਨਵਾਦ ਕਰਦਾ, ਕਿਉਂਕਿ ਜਿਹੜੇ ਸਾਥੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਰਿਵਾਰ ਦਾ ਹੌਸਲਾ ਤਾਂ ਵੀ ਅੱਗੇ ਪਹੁੰਚਿਆ, ਮੇਰੇ ਕੋਲ ਪੈਸੇ ਸ਼ਬਦ ਨਹੀਂ ਕਿ ਉਹਨਾਂ ਦਾ ਧੰਨਵਾਦ ਕਰ ਸਕਾਂ, ਕਿਉਂਕਿ ਜਦੋਂ ਸਮਾਜ ਦੇ ਜਿਹੜੇ ਅੰਗ ਹੈ, ਵੱਖ ਵੱਖ ਤਰ੍ਹਾਂ ਦੇ ਅੰਗ, ਉਹ ਸ਼ਰਧਾ ਦੇ ਮੌਕੇ 'ਤੇ ਹੌਸਲਾ ਦੇਣ ਲਈ ਪਹੁੰਚਣ, ਤਾਂ ਮੈਂ ਮਹਿਸੂਸ ਕਰਦਾ ਕਿ ਬੜੀ ਗੱਲ ਕੋਈ ਹੋ ਨਹੀਂ ਸਕਦੀ। ਇਸ ਕਰਕੇ ਮੈਂ ਆਪਣੇ ਵੱਲੋਂ ਜਿੰਨੇ ਵੀ ਸਾਰੇ ਹਾਜ਼ਰ ਸਾਥੀ ਹੈ, ਸਾਡੇ ਬਜ਼ੁਰਗ ਨੇਤਾ ਸਾਬੇ ਤੋਂ ਕਿਸ਼ੋਰ ਕੁਮਾਰ ਜੀ, ਉਹਨਾਂ ਨੂੰ ਵੀ ਸਮਾਂ ਦੇਣਾ ਸੀਗਾ, ਹੋਰ ਸਾਡੇ ਸਾਥੀ ਕਾਫੀ ਰਹਿੰਦੇ ਆ, ਜੇ ਮੈਂ ਇਕੱਲਾ ਇਕੱਲਾ ਨਾਮ ਲੈਣ ਵਾਲਾ ਡਾਕਟਰ ਸਮਾਂ ਲੈ ਕਹਿਣਾ, ਇਸ ਕਰਕੇ ਮੈਂ ਇਹ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਜਿਹਨਾਂ ਨੂੰ ਸਮਾਂ ਦੇ ਸਕੇ, ਕਿਉਂਕਿ ਉਹਨਾਂ ਦੀ ਹਾਜ਼ਰੀ ਆਪਣੇ ਆਪ ਪਰਮਾਤਮਾ ਨੇ ਲਾ ਲੈਣੀ ਹੈ। ਇਸ ਕਰਕੇ ਮੈਂ ਆਖਰੀ ਮੌਕੇ 'ਤੇ ਜਿੱਥੇ ਮੇਰੀ ਮਾਤਾ ਦੀ ਸ਼ਰਧਾ ਨੂੰ ਸ਼ਰਧਾ ਦੇਣ ਲਈ ਤੁਸੀਂ ਪਹੁੰਚੇ ਹਾਂ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ, ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਗੁਰੂ ਦਾ ਲੰਗਰ ਜਿਹੜਾ ਤਿਆਰ ਹੈ, ਸਾਰਿਆਂ ਨੇ ਬਿਲਕੁਲ ਜਿਹੜਾ ਉਹ ਲੰਗਰ ਛੱਕ ਕੇ ਜਾਣਾ, ਕਿਉਂਕਿ ਸਮੇਂ ਨੂੰ ਧਿਆਨ 'ਚ ਰੱਖਦੇ ਹਾਂ ਬੁਲਾਰੇ ਬਹੁਤ ਸੀ, ਪਰ ਸਾਰਿਆਂ ਨੂੰ ਸਨਮਾਨ ਦਿੱਤਾ ਜਾ ਸਕੇ, ਸਾਰਿਆਂ ਤੋਂ ਮੈਂ ਗੁਸਾਖੀ ਜਾਵਾਂਗਾ। ਇੰਨਾ ਹੀ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ, ਤੁਹਾਨੂੰ ਸਾਰਿਆਂ ਨੂੰ ਫਿਰ ਤੁਹਾਡਾ ਜੀਆਂ ਵੀ ਆਖਦਾ, ਤੁਹਾਡਾ ਧੰਨਵਾਦ ਵੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਮਾਤਾ।